ਖੜ ਜਾ। ਲਓ ਜੀ ਪਹਿਲਾਂ ਤਾਂ ਮਿਲੋ ਜੱਗੇ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਨਾ ਬਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਮਨੇ ਅੱਜ ਮੜੇ ਬ੍ਰਾਂਡ ਜੇ ਦਿਖੇ ਕਰ ਦੇਣਾ ਬੀਬੀ। ਨਹੀਂ ਨਹੀਂ ਅੱਜ ਮੜੇ ਰੰਗ ਰੂਪ ਵਧੀਆ ਲੱਗਿਆ। ਸ਼ੋ ਸ਼ੂ ਹੋਰੇ ਦੇਖੀ ਅੱਜ ਪੂਰੀ ਨੇ ਦੱਸਿਆ ਕਹਿੰਦਾ ਉੱਥੇ ਚਲੋ ਪੂਰੀ ਦੇ ਕਹਿਣ ਪਾ ਬਾਈ ਟਰੈਕਟਰ ਦੇਖਣ ਆਏ ਸ਼੍ਰੀ ਚਮਕੌਰ ਸਾਹਿਬ ਖੜੇ ਆ ਪੂਰੀ। ਹੁਣ ਦੱਸ ਬਾਈ ਰੰਗ ਰੂਪ ਹੁਣ ਲੱਗਦੇ ਤਾਂ ਹੈਗੇ ਜੌਂਡੀਅਰ ਦੋਹੇ ਭਾਈ ਆ ਜਗੇ ਭਾਈ ਭਾਈ ਆ ਬਰਾਬਰ ਦੇ ਭਾਈ ਜੋੜੇ ਭਾਈ ਆ। ਵਧੀਆ ਵੀਰ ਜੀ ਵਧੀਆ ਬਾਈ ਟਰੈਕਟਰ ਦੇਖੇ ਆ ਮੁੰਡੇ ਲੈਣਾ ਯਾਰ ਇਹਨੂੰ ਜੈਜ ਜੈਜ ਦੇ ਯਾਰ ਮਸੀਂ ਉਹ ਲੈਣਾ ਨੀ ਟਰੈਕਟਰ ਹੈ ਆਹ 12 ਮਾਡਲ ਹੈ ਜੀ ਉਹ ਦੇ ਲਓ 12 ਜ਼ਿਆਦਾ ਸਾਫ ਲੱਗਦਾ ਦੇਖਣ ਨੂੰ ਹੈ ਪੂਰੀ ਆਹ 12 ਮਾਡਲ ਹੈ ਬਾਈ ਆਹ ਦੇਖੋ ਆਹ 14 ਮਨੇ ਆ ਵੀ ਟਰੈਕਟਰ ਸਾਫ ਬਹੁਤ ਹੈ ਠੀਕ ਹੈ ਮਨੇ ਹੈਂ ਕਿਆ ਦੇਖਦਾ ਹੈ ਉਹ ਤਾਂ ਕੋਈ ਨੀ ਵੇਟ ਬੂਟ ਨਾਲੇ ਲੱਗੇ ਪਏ ਹੈ ਵੀਰੇ ਛਤਰੀਆਂ ਛੁਤਰੀਆਂ ਵੀ ਹੈ ਮਨੇ ਠੀਕ ਹੈ ਪੂਰੀ ਕਿਆ ਕਹਿੰਦੇ ਕਿਆ ਕਿਆ ਸਿਸਟਮ ਹੈ ਹੈਂ ਕਿਆ ਰੇਟ ਰੂਟ ਹੈ ਦੋਹਾਂ ਦਾ ਮਨੇ ਇਹੋ ਜਿਹੀ ਚੀਜ਼ ਮਿਲਦੀ ਵੀ ਨੀ ਹੈਗੀ ਚਲਾ ਕੇ ਦੇਖੀਏ 14 ਹੈਂ 14 ਮਾਡਲ ਮਨੇ ਆਹ ਵੀ ਦੇਖ ਲਾ ਆਹ ਵੀ ਠੀਕ ਹੈ ਮਾਡਲ 14 ਉਹ ਆਹ ਵੀ ਠੀਕ ਹੈ ਜੱਗੇ ਯਾਰ ਹਾਂ ਜੱਗਾ ਮਨ ਲੱਗਦਾ ਜੇ ਮਿੱਠਾ ਮੂੰਹ ਬੀਬੀ ਨੂੰ ਕਹਿ ਕੇ ਆਇਆ ਤਾਂ ਕਹਿੰਦਾ ਹੋ ਜਾਣਾ ਠੀਕ ਹੈ ਕਿਆ ਦੇਖਦਾ ਉਹ ਦੋਹਾਂ ਦਾ ਗੇੜਾ ਲੈ ਕੇ ਦੇਖ ਲਿਓ ਯਾਰ ਇੰਜਣ ਦਾ ਪਤਾ ਲੱਗ ਜਾਣਾ ਕਿ ਨਹੀਂ ਪੂਰੀ ਮੈਨੂੰ ਪਰਲਾ ਸੋਹਣਾ ਲੱਗਦਾ ਯਾਰ ਟਾਇਰ ਟੂਰ ਵੀ ਹੈਗੇ ਆ ਉੱਥੇ ਲੈ ਨਹੀਂ ਯਾਰ ਉਸ ਮਨੇ ਕਈ ਵਾਰ ਸਾਫ ਵੀ ਆਹੀ ਲੱਗਦਾ ਦੇਖਣ ਨੂੰ ਮਾਡਲ ਤੇ ਤੁਸੀਂ ਕਿਆ ਲੈਣਾ ਯਾਰ ਮਨੇ ਆ ਚਲਾ ਕੇ ਦੇਖੀ ਪਹਿਲਾਂ ਹਾਂ ਨਹੀਂ ਯਾਰ ਆ 12 ਦਾ ਮੈਨੂੰ ਥੋੜ੍ਹਾ ਜਿਹਾ ਪੂਰੀ ਤੈਂ ਕਿੱਥੇ ਦੇਖ ਲਿਆ ਇਹ ਸਾਹਿਬ ਹਾਲ ਤਾਂ ਠੀਕ ਹੈ ਹਾਂ ਮਤਲਬ ਪੈ ਸਕਦਾ ਜੀ ਲੱਗੇ ਦੇ ਗਾਣੇ ਹੋਰ ਇੰਨਾ ਕੁ ਤਾਂ ਇਹ ਜੌਂਡੀਅਰ ਆ ਇਹ ਇੰਜਣ ਦੇਖ ਲਿਆ ਕਿਵੇਂ ਬੋਲਦਾ ਪੂਰੀ ਫਰਾਟੇ ਮਾਰਦਾ ਚੱਲ ਲਓ ਜੀ
ਕਿਆ ਪਤਾ ਬਾਬੇ ਦੀ ਕਿਰਪਾ ਗਿਆ ਅੱਜ ਸੌਦਾ ਹੋ ਜਾਵੇ, ਪਾਲਟੀ ਹੋ ਸਕਦੀ ਹੈ। ਪੂਰੀ ਬੀਬੀ ਨੇ ਮਿੱਠਾ ਮੂੰਹ ਕਰਕੇ ਭੇਜਿਆ, ਹੋ ਸਕਦੀ ਕਿਰਪਾ ਜੀ। ਹਾਂ ਖੜ ਜਾ, ਕਹਿੰਦੇ ਅਸੀਂ ਬਾਈ ਜਿੰਨੀ ਵਾਰ ਵੀ ਟਰੈਕਟਰ ਚੈੱਕ ਕਰਦੇ ਮੰਡੀ ਚ ਜਾਂਦਾ ਹੈ, ਹੁਣ ਵੀ ਮੰਡੀ ਚ ਜਾਣਾ। ਖਿੱਚਦਾ ਉਹਦਾ ਬ੍ਰੇਕ ਦੀ ਸੈਟਿੰਗ ਹੋ ਜੂਗੀ, ਅਲਾਈਨਮੈਂਟ ਚ ਫਰਕ ਹੋਣਾ। ਹਾਂ ਤੇਲ ਘੱਟ ਹੈ, ਤੇਲ ਘੱਟ ਹੈ ਨਾ। ਲਓ ਜੀ ਬਾਈ, ਹੁਣ ਦੂਆ ਟਰੈਕਟਰ ਚਲਾ ਕੇ ਦੇਖਣ ਲੱਗੇ ਹੈ, 12 ਮਾਡਲ। ਪਹਿਲਾਂ ਚਲਾ ਕੇ ਦੇਖਿਆ 14, ਉਹ ਦੂਆ ਗੇਟ ਤਾਂ ਨਹੀਂ ਲੱਗਿਆ ਤੇਰੇ ਵਾਲੇ ਮੰਗਣਾ। ਧੱਕਾ ਲਾ ਦੀ ਫਿਰ ਅਸੀਂ ਅੱਗੇ ਨੂੰ ਕਰਕੇ ਬੈਕ ਨੂੰ। ਬੈਟਰੀ ਨਹੀਂ ਹੈਗੀ ਜੀ ਅੱਗੇ, ਪੂਰੀ ਮਨੇ ਦਾ ਮਨ ਖੜਦਾ ਇਹ ਠੀਕ ਹੈ। 12 ਮਾਡਲ ਯਾਰ ਮੇਰੇ ਹਿਸਾਬ ਨਾਲ ਵੀ ਟਾਇਰ ਟੱਪਾ ਹੈਗਾ ਹੈ, ਇਹਦੀ ਚੀਜ਼ ਵੀ ਪੂਰੀ ਵਿੱਚ ਗਿਣੀ ਜਾਂਦੀ ਯਾਰ ਮਾਡਲ ਨਾਲ। ਦੇਖੋ ਮੁੜ ਕੇ ਟਾਇਰ ਜੱਗਾ ਜਗਣਾ, ਕਹਿੰਦਾ ਸਸਤੇ ਪੈਣੇ ਕਿੰਨੇ ਦੇ ਪੈਣੇ ਆ, ਪੱਕੇ ਟਾਇਰ ਬਾਈ ਘੱਟੋ ਘੱਟ 20,000 ਦੇ ਹੋਣੇ ਆ ਸਾਰੇ। ਹਾਂ ਵੱਧ ਆ, ਪਿਛਲੇ ਹੈਗੇ 26-27,000 ਦੇ। ਫੇਰ ਹਾਂ ਜਾਣਾ, ਹਟ ਜਾ। ਇਹ ਠੀਕ ਹੈ, ਤੇਰਾ ਕੀੜਾ ਜੌਂਡੀਅਰ ਦਾ ਹੁਣ ਹਟਾ ਦੇਣਾ, ਤੈਨੂੰ ਕੀੜੇ ਹੀ ਦਿਖਾਉਣਾ ਜੀ ਜੌਂਡੀਅਰ ਚਲਾਉਣੇ ਆ। ਆਹ ਪੂਰੀ ਜ਼ਿਆਦਾ ਵਧੀਆ ਲੱਗਿਆ, ਇਹ ਇੰਜਣ ਬੋਲਦਾ ਹੈ ਨਾ ਸਾਡਾ, ਟਾਟੇ ਪਾਟੇ ਕਰਦਾ ਹੈ, ਉਹ ਵੀ ਠੀਕ ਹੈ, ਪਰ ਇਹ ਮੈਨੂੰ ਜ਼ਿਆਦਾ ਪਸੰਦ ਆਇਆ ਨਾਲੇ ਟਾਇਰ ਟੱਪ। ਹਾਂ ਅੱਛਾ, ਉਹ ਕਿੰਨਾ ਹੈ? ਉਹ ਮਹਿੰਗਾ ਫਿਰ, ਕਿੱਥੇ ਗਾ ਆਇਆ? ਪੂਰੀ ਦੂਏ ਟਰੈਕਟਰ ਵੀ ਦਿਖਾ ਦੀ ਮਾੜੇ ਜੀ ਭਾਈ, 855 ਵੀ ਖੜਾ ਇੱਕ ਬਾਈ ਕੋਲ 16 ਟਾਇਰਾਂ 'ਚ, ਅਤੇ 744 ਵੀ ਖੜਾ ਹੈ, ਗਾਹਾਂ 2 ਸੋਨਾਲੀਕਾ 35 ਵੀ ਖੜਾ ਹੈ, 750 ਵੀ ਖੜਾ। ਇਹ ਦੇਖਣਾ ਪੂਰੀ ਜੀ ਨਹੀਂ ਲੱਗਦਾ ਇੱਧਰ, ਉਹ ਇਹਦਾ ਲੱਗ ਜੂਗੇ ਨਟ। ਲਓ ਜੀ ਬਾਈ 52 ਦਾ ਥਾ ਖੜਾ, 19 ਮਾਡਲ 17 ਮਾਡਲ ਟਰੈਕਟਰ ਤਾਂ ਸੱਠ ਵੀ ਖੜਾ ਮੈਨੇ ਨਵਾਂ ਹੀ, ਪੂਰੀ ਉੱਧਰ ਕਿਹੜਾ ਮੈਂ ਪੁਰਾਣਾ ਖੁੰਡ ਦੇਖ ਕੇ ਆਉਣਾ, ਕਿਹੜਾ ਹੈ ਉਹ ਤੁਹਾਡੀ ਪਤਾ ਸੱਚੀ ਪੁਰਾਣਾ ਖੁੰਡ ਕਿਹੜਾ ਹੈ ਉੱਥੇ ਕਿਤੇ ਮੈਂ ਚੜਿਆ। ਹਾਂ ਤੁਹਾਡੇ ਕੋਲ ਹੁੰਦਾ ਨਾ ਉਹ, ਇਹਦਾ ਨਿਰਾ ਹੀ ਲੋਹਾ ਜੱਗੇ। ਅੱਛਾ
ਉਹ ਸਟੀਅਰਿੰਗ ਕਿੱਡਾ ਇਹਦਾ ਇਹ ਉਹ ਹੈ ਦੁਆ ਬਾਈ ਲਾਰਸ ਕਿੱਡਾ ਕਿਨੇ ਲੱਗੀਆਂ ਹੋਣ ਬਾਈ ਲਾਰਸ ਵਾਲੀ ਗੱਲ ਹੈ ਲੱਗੇ ਹੋਏ ਹੈ ਉਹ ਪੂਰੀ ਪਰਿੰਡਾ ਲੱਗੇ ਪਿਆ ਜਾ ਪਰਿੰਡਾ ਨਾ ਖਾ ਲਈ ਪ੍ਰੀਤ ਖੜਾ ਹੈ ਬਾਈ ਇਹ ਨੀਰੇ ਲੋਹਾ ਹੈ ਇਹ ਰੱਖਿਆ ਹੋਇਆ ਜੰਗ ਨੂੰ ਹੈ ਬਾਈ ਲਾਰਸ ਟਰਬੋ ਲੱਗੀ ਵੀ ਟਰਬੋ ਮਸ਼ੀਨ ਬਣਾਈ ਵੀ ਪਾਵਰ ਕਿੱਧਰ ਆ ਗਏ ਇੱਧਰ ਇੱਕ ਜੱਗ ਪੈਸਾ ਲੱਗਣ ਬਾਕੀ ਬਾਈ ਪਸੰਦ ਪਸੰਦ ਦੀ ਗੇਮ ਹੈ ਮਨੇ ਹਾਂ ਪਸੰਦ ਜੌਂਡੀਅਰ ਹੈ ਉਹ ਭਾਈ ਆ ਉਹ ਰਹਿਣ ਦੇ ਯਾਰ ਮੁੰਡੇ ਨੇ ਜੌਂਡੀਅਰ ਦੇਖਣਾ ਹੁਣ ਅੱਖ ਕਾਫੀ ਦੇਰ ਦੀ ਹੈ ਜੱਗੇ ਦੇ ਗਾਣੇ ਵੀ ਇਹਦੇ ਬਈ ਸਾਰਾ ਕੁਝ ਨਵਾਂ ਹੈ ਇਹਦਾ ਸਾਰਾ ਕੁਝ ਨਾਲ ਦਾ ਹੈ ਬਾਈ ਆ ਟਾਇਰ ਦਾ ਜੱਗ ਲਓ ਜੀ ਬਾਈ ਪਿੰਡ ਬੱਲਾਂ ਆਏ ਆ ਇੱਥੇ ਵੀ ਕਈ ਟਰੈਕਟਰ ਖੜੇ ਦੇਖਣ ਜੱਗਾ ਅਰਜਨ ਦਾ ਵੈਨ ਆਪੂਰੀ ਕਿੰਨੇ ਟਰੈਕਟਰ ਖੜੇ ਆ ਅੱਜ ਇਹਦੇ ਦਿਮਾਗ ਨੂੰ ਬੁੱਕ ਘੁਮਾ ਦੇਣਾ ਮੈਂ ਦੇ ਠੀਕ ਹੈ ਬਾਕੀ ਘਰ ਜਾ ਕੇ ਸੋਚੀ ਦੇਖੋ ਬਾਈ ਟਰੈਕਟਰ ਪਿੰਡ ਬੱਲਾਂ ਖੜੇ ਲਓ ਜੀ ਬਾਈ ਮਨੇ ਨੂੰ ਹੁਣ ਜੱਗਾ ਕਹਿੰਦਾ ਅਰਜਨ ਡੋਣਾ ਆਹ ਪੂਰੀ ਦਵਾ ਸਕਦਾ ਹੈ ਕੁਛ ਵੀ ਕਰ ਸਕਦਾ ਹੈ ਜੱਗਾ ਬਾਈ ਦਵਾ ਖਾ ਲਓ ਆਪਾਂ ਕਰ ਵਾਸਤੇ ਟਰੈਕਟਰ ਆਪਾਂ ਟਿੱਪਣੀ ਹੈ ਤਾਂ ਠੀਕ ਹੈ ਨਾ ਲਓ ਜੀ ਕਹਿੰਦੇ ਹੁਣ ਇਹ ਵੀ ਚਲਾ ਕੇ ਦੇਖਣਾ ਤੂੰ ਚੱਲ ਹੁਣ ਕਿਆ ਦੇਖ ਲਿਆ ਜੱਗੇ ਨੇ ਚਲਾਇਆ ਪੈਣਾ ਪਹਿਲਾਂ ਤੇ ਜੈ ਮਨੇ ਬੈਗ ਲਾਈ ਬੈਗ ਪੂਰੀ ਰਿਸ਼ਤੇਦਾਰ ਦਾ ਟਰੈਕਟਰ ਬਾਈ ਹਾਂਜੀ ਬਾਈ
ਜੱਗਾ ਕਿਤੇ ਵੀ ਦੇਖਣਾ ਚਲਾ ਕੇ ਉਹ ਸਾਡੇ ਬੰਦੇ ਦਾ ਮਨ ਭੜਕਾਈ ਜਾਂਦੇ ਬਾਈ ਇਹਦਾ ਝੋਟਾ ਹੀ ਹੈ। ਲਓ ਜੀ ਬਾਈ ਟਰੈਕਟਰ ਦੇਖਣ ਤੋਂ ਬਾਅਦ ਮੈਂ ਸੂਬੇਪੁਰ ਵਾਲੇ ਖੇਤਾਂ 'ਚ ਆਏ ਆ। ਬਹੁਤ ਟਰੈਕਟਰ ਦੇਖੇ ਬਾਈ ਅੱਜ, 50,000 ਡੀ ਵੀ ਦੇਖੇ ਆ, ਅਰਜਨ ਵੀ ਦੇਖਿਆ ਏ ਅਤੇ ਹੋਰ ਵੀ ਕਈ ਦੇਖੇ ਆ, ਪਰ ਗੱਲ ਬਣੀ ਨਹੀਂ ਹੈਗੀ ਬਾਈ। ਅਰਜਨ ਬਣਦਾ ਤਾਂ 4-30 ਮੰਗਦਾ ਤਾ ਬਾਈ, ਉਹਦਾ ਵੀ ਫਿਰ ਅਸੀਂ 4 ਕਿਹਾ ਅਤੇ ਵੀ 4 ਦੇ ਦੂਗੇ 16 ਮਾਡਲ ਦਾ। 50,000 ਡੀ ਬਾਈ, ਇੱਕ 14 ਮਾਡਲ ਤਾਂ, ਇੱਕ 12 ਉਹਨਾਂ ਦਾ 3.5 ਮੰਗਦੇ ਅਤੇ ਉਹਦੀ ਵੀ ਗੱਲ ਨਹੀਂ ਬਣੀ ਹੈਗੀ। ਥੋੜ੍ਹੇ ਜਿਹੇ ਟਰੈਕਟਰ ਸਹੀ ਨਹੀਂ ਲੱਗੇ, ਦੇਖਦੇ ਬਾਕੀ ਹੁਣ ਮਨਾ ਕਹਿੰਦਾ ਨਵੇਂ ਸ਼ਹਿਰ ਕੰਨੀ ਦੇਖ ਕੇ ਆਉਣੇ ਜੇ ਹੋਰ ਪਾਸੇ ਮਿਲੇ। ਅਤੇ ਬਾਈ ਜੀਰੀ ਕੰਨੀ ਗੇੜਾ ਮਾਨ ਆਏ, ਜੀਰੀ ਦੇਖੋ ਆਪਣੀ 25 ਬਹੁਤ ਸੁਥਰੀ ਹੈ ਬਾਈ। ਪਾਣੀ ਲਾਏ ਨੂੰ ਵੀ ਤਕਰੀਬਨ ਉਹਦੇ 10-15 ਦਿਨ ਹੋ ਗਏ ਬਾਈ, ਜਮੇ ਹੀ ਖੇਤ ਸੁੱਕਾ ਪਿਆ ਏ। ਨਹੀਂ ਵਿੱਚ ਵਿੱਚ ਕਿਤੇ ਮਾੜੀ ਮੋਟੀ ਉਹ 2% ਡੋਡੀ ਪੈ ਗਈ ਤੀ ਬਾਈ, ਬਸ ਜਿੰਨੀ ਹੈਗੀ ਤੀ ਉੱਨੀ ਰਹਿ ਗਈ ਲਾਸਟ ਮਾ ਕੇ ਬਾਈ। ਜੀਰੀ ਨੂੰ ਪਾਣੀਆਂ ਦੀ ਲੋੜ ਬਹੁਤ ਘੱਟ ਹੁੰਦੀ ਆ, ਬਸ ਜਾਂ ਨਿਸਰ ਦੀ ਹੁੰਦੀ ਆ, ਪਾਣੀ ਲਾ ਦਿਉ ਅਤੇ ਬਾਹਰ ਮਾਤਾ ਬਾਈ 10-15 ਦਿਨ ਮਾੜਾ ਮੋਟਾ ਪਾਣੀ ਲਾਈ ਜਾਓ, ਨਜ਼ਾਰੇ ਲਾਉਂਗੇ। ਦੇਖੋ ਬਾਈ ਜੀਰੀ ਟਿਕਣਾ, ਦੇਖੋ ਬਾਈ ਆਹ ਟਿੱਕਣ ਡੋਡੀ ਪੈ ਗਈ ਤੀ, ਨਾਲ ਇਹਦੇ ਹੋਰ ਸਾਰੀ ਸੁਥਰੀ ਆ ਜਿੰਨੀ ਵੀ ਆ। ਚਲ ਮਾੜੀ ਮੋਟੀ ਤਾਂ ਬਾਈ ਜਿਹੜੀ ਬਿਮਾਰੀ ਹੁੰਦੀ ਹੈ ਇਹ ਪੈਣੀਓ ਹੁੰਦੀ ਹੈ ਕਿਸੇ ਨਾ ਕਿਸੇ ਬੂਟਿਆਂ ਨੂੰ, ਹਰੇਕ ਸਾਲ ਮਾੜੀ ਮੋਟੀ ਤਾਂ ਹੁੰਦੀ ਉਹ ਹੈ। ਅੱਗੇ 21 ਬੀਜੀ ਕਰਦੇ ਬਾਈ, 21 ਨੂੰ ਵੀ ਹੁੰਦੀ ਤੀ, ਉਹਦੇ ਗਿਲ ਤਾਂ ਬਹੁਤ ਘੱਟ ਹੈ ਜਿਹੜੇ ਬੀਜ ਹੁਣ ਆਏ ਇਹ ਸੁਥਰੇ ਆ। ਬਾਕੀ ਬਾਈ ਸ਼ਾਮ ਦਾ ਟਾਈਮ ਹੈ ਅਤੇ ਸੂਰਜ ਬਹੁਤ ਤੇਜ਼ ਪੈਂਦਾ ਬਾਈ, ਇਧਰਲੀ ਸਾਈਡ ਦੇਖ ਨਹੀਂ ਹੁੰਦਾ। ਅਤੇ ਜੀਰੀ ਚੈੱਕ ਕਰੋ, 25 ਕਹਿੰਦੇ ਇਹਨੂੰ, ਸਬਰੇ ਉਰੇ ਵੀ ਕਰੀ ਤੀ ਬਾਈ, ਪੰਪ ਲਾਇਆ ਤਾਂ ਇੱਕ ਲਾਗ ਲਾ ਗਿਆ, ਐਨ ਝੜਕਤਾ ਦੇਖੋ, ਕਰਤਾ 2 ਰੰਗਾ ਜਿਹਾ ਖੱਬਲ, ਸਪਰੇਆਂ ਦਾ ਬਾਈ ਇੰਨਾ ਫਰਕ ਹੈ ਵੀ ਦੇਖੋ ਐਨ ਹਰਿਆ ਪਿਆ ਹੇਠ ਤੱਕ, ਜਿਹੜੇ ਹੇਠ 'ਤੇ ਵੀ ਆਉਂਦਾ ਐਨ ਲਾਣ ਹਰਾ ਪਿਆ। ਜੇ ਸਪਰੇ ਕਿਤੇ ਨਾ ਕਰੀ ਹੁੰਦੀ ਹੈ ਬਾਈ ਹੇਠ 'ਤੇ ਪਟਾਸ ਜੀ ਬਣ ਜਾਣੀ ਤੀ, ਬੋਦਾ ਜਿਹਾ ਹੋਣਾ ਸਿਸਟਮ ਦੇਖੋ, ਉਹ ਦੂਰ ਦੂਰ ਤੱਕ ਹਰਾ ਪਿਆ। ਸੋਹਣੀ ਜੀਰੀ ਹੈ ਬਾਈ ਇਹ 25 ਦੀ, 2 ਸਪਰੇਆਂ ਕਰਤੀਆਂ ਇਹਦੇ ਪਰ, ਇੱਕ ਕਰਤੀ ਦੀ ਐਮੀ ਸਟਾਰ ਟੋਪ ਬਾਈ ਉਹ ਵੀ ਵਧੀਆ ਤੀ, ਅਤੇ ਦੂਜੀ ਨੋਗਲ ਕਰਤੀ ਤੀ, 2 ਸਪਰੇਆਂ ਹੋਈਆਂ ਪਈਆਂ, ਬਾਕੀ ਦੇਸੀ ਰੇਹ ਵੀ ਪਿਆ ਪਿਆ ਖੇਤ 'ਚ। ਸੂਰਜ ਦੇਖੋ ਬਾਈ ਇੱਧਰ ਨੂੰ ਦੇਖ ਨਹੀਂ ਹੁੰਦਾ, ਬਹੁਤ ਜ਼ਿਆਦਾ ਤੇਜ਼ ਆ। ਬਾਕੀ ਬਾਈ 25 'ਚ ਹੈਗੇ ਆ 5-7 ਬੂਝੇ ਆ, ਦੇਖੋ ਬਾਈ ਜਿਹੜੇ ਉੱਪਰ ਨੂੰ ਦੇਖਦੇ ਉੱਚੇ ਨੀਵੇਂ ਜਾ ਵੀ ਬਹੁਤ ਕਰਦੇ, ਇਹਨਾਂ ਦਾ ਤਾਂ ਬਾਈ ਤਕਰੀਬਨ 6 ਫੁੱਟੇ ਹੋਣਾ ਕਰਦੇ ਜਿਹੜੇ ਉੱਪਰ ਨਿਕਲੇ ਪਏ ਆ। ਬਾਕੀ ਤੇਲਾ ਤੂਲਾ ਹੈ ਨਹੀਂ ਬਾਈ, ਉੱਦਾਂ ਕਹੀਏ ਜੀਰੀ ਸਾਫ਼ ਆਪਾਂ ਜੇ ਕਹੀਏ ਤੇਲਾ ਤੂਲਾ ਪੈ ਗਿਆ, ਤੇਲਾ ਤੂਲਾ ਕੋਈ ਨਹੀਂ ਹੈਗਾ ਬਾਈ, ਆ ਦੇਖੋ ਐਨ ਸਾਫ਼ ਆ ਵਿੱਚ ਵੀ, ਪਾਣੀ ਮੰਗਦਾ ਹੁਣ ਦੇਖਦੇ ਆ ਬਾਈ। ਬਾਪੂ ਨੂੰ ਪੁੱਛ ਕੇ ਲਾਉਂਗੇ ਬਾਈ, ਕਈ ਦਿਨ ਹੋ ਗਏ ਹੁਣ ਪਾਣੀ ਨਹੀਂ ਲਾਇਆ, 10-12 ਦਿਨ ਜੇ ਲੋੜ ਹੈਗੀ ਆ ਤਾਂ ਲਾ ਦੂਗੇ, ਨਹੀਂ ਤਾਂ ਫਿਰ ਜਿੱਦਾਂ ਸਰਦਾ ਉੱਦਾਂ ਠੀਕ ਆ। ਦੇਖੋ ਬਾਈ ਸਪਰੇ ਕਰੀ ਤੀ ਜਿਹੜੀ, ਆਪਣਾ ਕੰਮ ਕਰ ਗਈ ਬਾਈ ਇਹ, ਨਹੀਂ ਫਿਰ ਵਿੱਚ ਨੂੰ ਜਾਣ ਲੱਗ ਗਈ ਸਾਡੇ, ਪਾਣੀ ਲਾ ਗਿਆ ਇੱਧਰ ਡੈਡੀ ਬਾਈ, ਚਰੀ ਬੀਜੀ ਵੀ ਇਹਨਾਂ ਨੇ ਵਿੱਚੇ ਤੋੜੀ ਆ।